ਪਠਾਨਕੋਟ ਦੇ ਖੱਤਰੀ ਸਭਾ ਭਵਨ ਨੇੜੇ ਪੈਂਦੇ ਮੰਦਰ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਮੰਦਰ 'ਚ ਬੌਲੀ ਦੀ ਖੁਦਾਈ ਦੌਰਾਨ ਕਾਰ ਸੇਵਾ ਕਰ ਰਹੇ ਲੋਕਾਂ ਨੇ ਬੰਬ ਨੁਮਾ ਚੀਜ਼ ਮਿਲੀ ਜਿਸ ਨੂੰ ਪਹਿਲਾਂ ਲੋਹੇ ਦਾ ਧਾਤੂ ਸਮਝਿਆ ਗਿਆ ਪਰ ਬਾਅਦ ਵਿੱਚ ਇੱਕ ਤੋਂ ਬਾਅਦ ਇੱਕ ਨਿਕਲਦੇ ਗਏ ਜਦੋਂ ਇਹਨਾਂ ਨੂੰ ਸਾਫ਼ ਕੀਤਾ ਗਿਆ ਤਾਂ ਇਹ ਬੰਬ ਨੁਮਾ ਆਕਾਰ 'ਚ ਸਨ ਇਹਨਾਂ ਦੀ ਗਿਣਤੀ 22 ਹੈ ਘਰ ਲੱਗੇ ਸੀ ਸਾਰੇ ਮਹੱਲੇ ਦੇ ਸਾਰੇ ਜਿਹੜੇ ਬੰਦੇ ਹੈ ਜਿਹੜੇ ਵੀ ਸਾਥੀ ਹੈ ਅਤੇ ਆਪਾਂ ਰਲ ਕੇ ਜਿਲ੍ਹੇ ਇੱਥੇ ਕਾਢ ਸੇਵਾ ਕੀਤੀ ਅਤੇ ਇਹਦੇ ਦਰਮਿਆਨ ਨਾ ਇਹਦੇ ਜੋ ਐਡੇ ਲੰਮੇ ਨਾ ਕੋਈ ਨਿਕਲਿਆ ਜੀ ਬਰੂਦ ਜੇ ਪਹਿਲਾਂ ਤਾਂ ਐਂ ਸਮਝਿਆ ਵੀ ਐਂ ਜੀ ਹੈ ਜੀ ਫਿਰ ਦੇਖਿਆ ਇੱਕ ਦੇ ਪਿੱਛੇ ਇੱਕ ਦੇ ਪਿੱਛੇ ਇੱਕ ਦੇ ਪਿੱਛੇ ਨਿਕਲਦੇ ਰਹੇ ਅਤੇ ਘੱਟ ਤੋਂ ਘੱਟ 23-24 ਪੀਸ ਨਿਕਲਿਆ ਔਰ ਮੈਨੂੰ ਉਮੀਦ ਆ ਵੀ ਇਹਦੇ ਵਿੱਚ ਹੋਰ ਵੀ ਹੋ ਸਕਦੇ ਆ ਜੀ ਗ੍ਰਨੇਡ ਆ ਜੀ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪੁਲਿਸ ਅਭੀ ਥੋੜ੍ਹੀ ਦੇਰ 'ਚ ਕਰ ਰਹੀ ਹੈ ਇਹ ਬੋਲੀਆਂ ਦੀ ਸਫਾਈ ਕਰੇ ਕਰਦੇ ਹਾਂ ਜੀ ਬੋਲੀਆਂ ਹੈਗੀਆਂ ਜੀ ਉਹਦੀ ਸਫਾਈ ਕਰੇ ਕਰਦੇ ਜੀ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੇ ਇਹਨਾਂ ਦੇ ਬੰਬ ਹੋਣ ਦੀ ਪੁਸ਼ਟੀ ਨਹੀਂ ਕੀਤੀ ਮਿੱਟੀ 'ਚ ਦੱਬੇ ਹੋਣ ਕਾਰਨ ਇਹਨਾਂ ਚੀਜ਼ਾਂ ਦਾ ਅਸਲ ਰੂਪ ਆਕਾਰ ਵਿਗੜਿਆ ਪਿਆ ਹੈ ਸੇਵਾਦਾਰ ਜਦ ਖੁਦਾਈ ਕਰ ਰਹੇ ਸਨ ਤਾਂ ਇੱਕ ਤੋਂ ਬਾਅਦ ਇੱਕ ਕਰਕੇ ਕਈ ਬੰਬ ਨੁਮਾ ਚੀਜ਼ਾਂ ਮਿਲੀਆਂ ਤੇ ਇਹਨਾਂ ਦੀ ਕੁੱਲ ਗਿਣਤੀ 22 ਹੋ ਗਈ ਸੇਵਾਦਾਰਾਂ ਨੂੰ ਸ਼ੱਕ ਹੋਇਆ ਕਿ ਇਹ ਪੁਰਾਣੇ ਹੈਂਡ ਗ੍ਰੇਨੇਡ ਹਨ ਉਹਨਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਮੈਨੂੰ ਫੋਨ ਗਿਆ ਸੀ ਇੱਥੋਂ ਕਿ ਅਸੀਂ ਖੁਦਾਈ ਕਰ ਰਹੇ ਹਾਂ ਇਹਨਾਂ ਨੇ ਸੇਵਾ ਲਾਈ ਦੀ ਸੀ ਉੱਥੇ ਆਏ ਹਾਂ ਕੋਈ ਸਿੱਕਾ ਟਾਈਪ ਚੀਜ਼ ਹੈ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਇਹਦੀ ਤਸਦੀਕ ਕੀਤੀ ਜਾ ਰਹੀ ਹੈ ਕੋਈ ਐਕਸਪਰਟ ਸੱਦ ਕੇ ਪਤਾ ਕਰਾ ਲੈਂਦੇ ਹਾਂ ਕੀ ਚੀਜ਼ ਹੈ ਇਹਦੀ ਮਾਤਰਾ ਕਿੰਨੀ ਹੈ ਜੀ ਕਿੰਨੇ ਕਰੇ 22 ਪੀਸ ਨੇ ਉੱਧਰ ਪੁਲਿਸ ਨੇ ਇਹਨਾਂ ਸ਼ੱਕੀ ਗ੍ਰੇਨੇਡਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਬਿਊਰੋ ਰਿਪੋਰਟ TV ਪੰਜਾਬ